ਕਾਲ ਜੀ ਸਾਰਿਆਂ ਨੂੰ, ਅੱਜ ਆਪਾਂ ਸ਼ੂਟ ਲਾਉਣ ਆਏ ਹਾਂ, ਤੁਹਾਨੂੰ ਦਿਖਾਉਣੇ ਆ ਕਿਹੜੀ ਲੋਕੇਸ਼ਨ ਆ ਇਹ। ਲੋਕੇਸ਼ਨ ਇਹ ਹੈਗੀ ਆ ਕੋੜੇਪੁਰੇ ਲੋਕੇਸ਼ਨ, ਕਿੱਥੇ ਮਡਾਣੇ, ਕਿੱਥੇ ਜੇ ਕੋਲੇ ਮਡਾਣੇ ਤੇ ਬਹੁਤ ਵਧੀਆ ਬਣੀ ਹੋਈ ਆ ਲੋਕੇਸ਼ਨ ਯਾਰ, ਸਿਰਾ ਗਮ ਆ ਆਇਓ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਅੱਗੇ, ਰੀਲਸ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੱਗੇ, ਉਹਨਾਂ ਨੂੰ ਤਾਂ ਬੁਲਾਣਾ ਉਸਤਾਦ ਹੋਣੀ ਆਪ ਹੋਏ ਨੇ ਮੂਹਰੇ ਲੋਕੇਸ਼ਨਾਂ ਦੇ ਬਹੁਤ ਘੈਂਟ ਘੈਂਟ ਆ। ਬਾਕੀ ਬਾਬਾ ਮਿਹਰ ਕਰੇ ਥੋੜ੍ਹਾ ਜਿਹਾ ਮੀਂਹ ਤੇ ਰੋਕ ਰੱਖੇ ਤੇ ਸ਼ੂਟ ਘੈਂਟ ਹੋ ਜੂਗਾ, ਬੱਦਲ ਬਹੁਤ ਬਣੇ ਹੋਏ ਨੇ। ਪੈਂਦੇ ਜਾਏ ਮੀਂਹ ਪੈਂਦੇ ਜਾਏ, ਕੱਢ ਲਏ ਸ਼ਸਤਰ ਭਰਾ ਡਾਂਗੀਆਂ ਦੀਆਂ ਦੋਨੇ ਖੜੀਆਂ, ਮੈਂ ਤਾਂ ਲੈਣ ਗਿਆ ਸਮਾਨ ਜੰਗਲਾਂ ਦੇ ਵਿੱਚ ਫੋਟੋ ਸ਼ੂਟ। ਇਹ ਆ ਭਰਾ ਆਪਣਾ ਫੋਟੋਗ੍ਰਾਫਰ ਦਾ ਕੰਮ, ਬਹੁਤ ਤਗੜਾ ਤਗੜੇ ਲੈਵਲ ਵਾਲਾ। ਠੀਕ ਆ ਠੀਕ ਆ ਕੰਮ ਬਣਾਇਓ ਲਓ ਜੀ। ਭਰਾ ਕੀ ਹਾਲ ਤੇਰੇ, ਉਹ ਕਿਹੜਾ ਫੋਲਡਰ ਵਾਲੀ ਗੱਡੀ ਜਿਹੜੀ ਐ ਕਰਕੇ ਆਇਆ ਅੱਜ ਉਥੋਂ ਤੱਕ ਭਰਾ, ਉਹ ਦੀਦੀ ਸੜਕ ਤੈਨੂੰ ਸ਼ਸਤਰ ਬਹੁਤ ਭਰਾ ਦੇ ਐਂਡ ਕਰਾਉਂਦਾ, ਸਾਨੂੰ ਦੇਖਣ ਨੂੰ ਮਿਲਣਗੀਆਂ। ਐਰੀ ਫੋਟੋਗ੍ਰਾਫੀ ਕੋਟਕਪੁਰਾ, ਕੋਟਕਪੁਰਾ ਕੀ ਕੋਟਕਪੁਰਾ, ਕਿਉਂਕਿ ਸਪੈਲਿੰਗ ਚ ਤਾਂ ਇਹ ਆਂਦਾ ਨਾ ਕੋਟਕਾ, ਕੋਟਕਪੁਰਾ ਨਹੀਂ ਹੁੰਦਾ ਉਹ ਸਪੈਲਿੰਗ ਤੇ ਗਾ, ਇਹ ਉਹ ਸਾਇਲੈਂਟ ਹੁੰਦਾ ਇਹ ਕੋਟਕਪੁਰਾ। ਉਸਤਾਦ ਹੋਣੀ ਆਪ ਹੋਏ ਨੇ ਮੂਹਰੇ ਭਰਾ ਨਾ ਕੀ ਤੇਰਾ ਸੰਜੀਵ, ਨਹੀਂ ਐਂਡ ਕਰਾਉਂਦਾ ਭਰਾ, ਤਾਕਤ ਬਹੁਤ ਆ ਬਾਈ ਚ। ਐਰੀ ਬਈ ਆਨ ਦੀ ਫੋਕਸ, ਐਰੀ ਬਈ ਆਨ ਦੀ ਫੋਕਸ, ਹਾਂ ਮਤਲਬ ਕਿ ਫੋਟੋਗ੍ਰਾਫੀ ਚ ਆਨ ਦੀ ਫੋਕਸ ਗਲਤ ਜੇ ਨਹੀਂ, ਚੱਲ ਹੁਣ ਤੂੰ ਬੇਇੱਜ਼ਤੀ ਨਾ ਕਰਦੀ ਇੰਗਲਿਸ਼ ਚ, ਚਲੋ ਹੁਣ ਕੋ ਸਭ ਓਕੇ, ਲੋਕੇਸ਼ਨ ਚੇਂਜ ਚਲੋ ਗਿੱਲਾ ਨਾ ਹੋਵੇ ਦਰਖਤ, ਆ ਸਗੋਂ ਚੱਕ ਲੈਣਾ ਸੀਗਾ ਕੁੜਤਾ, ਪਿੱਛੋਂ ਕੁੜਤਾ ਚੱਕ ਲੈਣੇ ਹੈਨਾ ਬੋਸ, ਚਲੋ ਓਕੇ ਆ ਜੀ ਓਕੇ ਆ, ਲੋਕੇਸ਼ਨ ਬਹੁਤ ਸੋਹਣੀ ਆ। ਮੀਂਹ ਆਈ ਜਾਂਦਾ ਨਾ ਤਾਂ ਚੁੰਨੀ ਦਵਾ ਦੀ ਤੁਹਾਨੂੰ, ਮੀਂਹ ਆਈ ਜਾਂਦਾ ਮੈਂ ਕਿਹਾ ਤਾਂ ਚੁੰਨੀ ਦਵਾ ਦੀ ਹੈਨਾ, ਪਿੱਛੇ ਪਾਣੀ ਆ ਦਲ ਦਲ ਆ ਪਿੱਛੇ,
लोकेशन चेंज। हां जी सर बाहर जाओ। चलो आ जाओ। चलो ये हां जी चलो आ जाओ कर दे फिर आ जाओ। की होया फस गई मिट्टी च। चलो रहन दो पाउन नु हुन ਸਰੋ ਸਰ ਵਲੌਗ ਨਾ ਰਹਿ ਜੇ ਕਿੱਡੀ ਘੈਂਟ ਲੋਕੇਸ਼ਨ ਆ ਗਈ ਪਿੱਛੋਂ ਆਈ ਆ ਉਹ ਫੋਟੋ ਤੇ ਦੇਖੀ ਆਈ। ਚਲੋ ਪਿੱਛੇ ਪੂਰੇ ਕਾਰਨਰ ਚਲੇ ਜਾ ਦੋਨੋਂ ਰਣਜੋਤ ਬਣਾਈ ਜਾਂਦੀ ਰਹਿਣਾ ਸਰ। ਹਾਂਜੀ ਚਲੋ ਸੰਜੀ ਲਾਈਟ ਸਿੱਧੀ ਕਰ ਪਤੋ। ਚਲੋ ਚਲੋ ਇੱਦਾਂ ਹੀ ਰਹਿਣਾ ਸਰ। ਅਜੇ ਹੋਣੀ ਹੈ ਥੋੜਾ ਫੇਸ ਉੱਧਰ ਟਰਨ ਕਰੇ ਤੁਸੀਂ ਤੁਸੀਂ ਓਕੇ ਥੋੜਾ ਓਕੇ। ਹਾਂਜੀ ਇੱਦਾਂ ਰੱਖੋ ਜੀ। ਦੂਸਰੀ ਸਾਈਡ ਆ ਭੱਜ ਕੇ ਉਧਰ ਉਧਰ ਵੀ ਵਲੌਗ ਬਣੀ ਜਾਂਦਾ। ਹਾਈ ਬੋਲ ਦੋ ਹਾਈ ਮੈਂ ਉੱਧਰ ਹੀ ਆ ਜਾਉਂ ਸੇਮ ਸੰਜੀ ਗਾਲੀ ਬੈਕਗ੍ਰਾਉਂਡ ਤੇ ਆ ਜਾ ਪਿੱਛੇ। ਸਹੀ ਹੈ ਸਹੀ ਹੈ ਚਲੋ ਚੱਲ ਦੋ ਕੰਮ ਹੁਣ ਥੋੜਾ ਕਲੋਜ਼ ਹੋ ਕੇ ਵੇਟ ਵੇ ਡਾਕ ਦੋ ਰਾਤ ਦੋ ਕੋਈ ਨਹੀਂ ਭਾਈ ਉਹ ਤਾਂ ਫਰਕ ਪੈਂਦਾ ਇਸ ਫੀਲਡ 'ਚ ਬਿਲਕੁਲ ਪੈਂਦੇ ਹੀ ਨਹੀਂ ਇੰਨਾ ਕੰਫਰਟ ਹੋਣਾ ਚਾਹੀਦਾ। जुत्ती कुब गई जगह नीचे ਕਪੜੇ ਬੈਸਮਾ ਕਢਾ ਕੇ ਬਾਹਰ ਆ ਤੇ ਨਹੀਂ ਕੋਈ ਨਹੀਂ ਨਵਾਂ ਲਿਆ ਨਵਾਂ ਲਿਆ ਤਾਂ ਇਹ ਭਾਰਨਾ ਟਰੰਕ ਬਹੁਤ ਭਾਰਾ ਤੇ ਸਾਡੀਆਂ ਕੁੜੀਆਂ ਦੇ ਛੱਡਣ ਨਹੀਂ ਜਾਂਦਾ। ਸਹੀ ਗੱਲ 95 ਦਾ ਲੈਣਾ ਫਿਰ ਉਹ ਜਮਾਨ ਤੇ ਨਾ ਕਿਵੇਂ ਲਿਆਂਦਾ ਹੋਊਗਾ। 1995 ਦਾ ਚਲੋ ਉੱਥੇ ਚਲੋ ਆ ਗਿਆ ਬਸ ਉਹ ਤਾਂ ਤੁਸੀਂ ਤਿਆਰ ਰਹੋ। ਉਹ ਤੇ ਲੈਟ ਮਾਰਨ ਨੂੰ ਤਿਆਰ ਹੀ ਆ ਤੁਸੀਂ ਤਿਆਰ ਰਹੋ ਪੈਕਅਪ ਹੋ ਗਿਆ ਬਈ ਸਾਰਾ ਓਕੇ ਡਨ। ਮੀਂਹ ਸੀਗਾ ਤਾਂ ਕਰਕੇ ਦੂਆ ਅੱਧਾ ਵਧੀਆ ਹੋ ਗਿਆ ਕੁਛ ਹੱਦ ਤੱਕ ਚੰਗਾ ਹੋ ਗਿਆ ਬਈ। ਕਰ ਲਾ ਸਰ ਮੈਂ ਤੈਨੂੰ ਕੁਛ ਕਿਹਾ ਹੈਲੋ ਬੋਲ ਦੋ ਹੈਲੋ ਸਭ ਬੰਦੇ ਪ੍ਰੋਡਿਊਸਰ ਆਪਣੇ ਨਵੇਂ ਟੀਮ ਮੈਂਬਰ ਨੇ ਤੁਹਾਨੂੰ ਗਾਣਾ ਗਾਇਆ ਤਾਂ ਹੋਣਗੇ ਪਿੱਛੇ ਬਸ ਚੱਕ ਲੋ ਰੱਖ ਲੋ ਕਰਨਾ। ਹਾਂਜੀ ਦੱਸੋ ਦੱਸੋ ਆਪਣੀ ਪਾਪੀ ਤੁਸੀਂ ਸਟਾਰਟ ਕਰੋ। ਅੱਛਾ ਇਹ ਆਪਾਂ ਸੁਣਾਉਣਾ ਨੀ ਗਾਣਾ ਜਿਹੜਾ ਆਪਣਾ ਰਿਲੀਜ਼ ਹੋਣਾ ਇਹ ਨੀ ਸੁਣਾਉਣਾ ਆਪਾਂ ਉਹਨੇ ਸੁਣਾਉਣਾ। ਹਾਂ ਬੋਲੇਗੇ ਕਿ ਮੈਂ ਹੀ ਕਰਾਂਗਾ। ਹਾਂਜੀ ਦੱਸੋ 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 ਬਾਰਾ ਤੇਰੇ ਉੱਤੇ ਮਾਣ। ਹਾਂਜੀ ਰੱਖੋ ਰੱਖੋ ਗੱਲ ਕਰਦੇ ਆ ਘਰ ਦੇ ਵਿਆਹ ਦੀ ਕਰਦੇ ਆ ਘਰ ਦੇ ਵਿਆਹ ਦੀ ਕਿਹੜੀ ਕਿਹੜੀ ਫੋਟੋ ਮਾਤਾ ਨੂੰ ਦਿਖਾਵਾਂ ਦੱਸ ਦੇ ਨਾ ਦੱਸ ਨਹੀਂ ਨਹੀਂ
ਨਹੀਂ ਸਹੀ ਗਾ ਯਾ ਬਹੁਤ ਵਧੀਆ ਨਹੀਂ ਸਹੀ ਗਾਉਂਦੇ ਆ ਮੇਰੀ ਥੋੜੀ ਬੱਚੇ ਵਾਲੀ ਆਵਾਜ਼ ਉਹ ਤਾਂ ਨਹੀਂ ਆ ਓਕੇ ਉਹ ਸ਼ੀਸ਼ੇ ਤੋਂ ਨਾ ਲੈ ਤੈਨੂੰ ਗੱਡੀਆਂ ਸੀ ਖੜੀਆਂ ਤੂੰ ਕਿੱਥੇ ਆਇਆ ਦੱਸਦਾ ਹੂੰ ਦੱਸਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਟਾਈਮ ਕਿੰਨਾ ਹੋ ਗਿਆ 11 ਵਜੇ ਨਾਲ 11 ਵਜ ਗਏ ਸੂਪ ਤੋਂ ਸਟਾਰਟ ਕੀਤਾ राइस कले तेरे नहीं सारा दे हुन की करा नेचुरल च बनाओ भी